अज ही डाउटनट ऐप डाउनलोड करो। डाउटनट ते होंगे तुहाडे सारे 6वीं तो 12वीं क्लास दे मैथ, फिजिक्स, केमिस्ट्री अते बायोलॉजी दे डाउट दा सफाया, ओ भी पंजाबी विच। बस अपने प्रश्न दी फोटो खिंचो, उसनू क्रॉप करो अते तुरंत वीडियो सॉल्यूशन पाओ। अते अजेहे ही होर वीडियो देखन लई डाउटनट पंजाबी यूट्यूब चैनल नू सबस्क्राइब करो। वैल्यू एवरीवन सानू क्वेश्चन कहता था वैल्यू ऑफ एक्सप्रेशन 2 सेकंड इनवर्स 2 प्लस साइन इनवर्स 1/2 इज, ठीक है। तो सब तो पहले देखो अपना क्वेश्चन जेड़ा है ओनू जेड़ा थोड़ा बढ़िया तरीके ਨਾਲ ਲਿਖਦੇ ਆ ਆਪਾਂ 2 सेकंड इनवर्स x ਨੂੰ ਤਾਂ ਲਿਖ ਸਕਦੇ ਆ सेकंड इनवर्स 2 प्लस सेकंड इनवर्स 2 प्लस साइन 1/2 ਇਦਾਂ ਲਿਖ ਸਕਦੇ ਆ, ਠੀਕ ਹੈ। ਸਾਨੂੰ ਪਤਾ ਹੈ ਇੱਕ ਚੀਜ਼ ਫਾਰਮੂਲਾ ਹੁੰਦਾ ਹੈ ਸੀਕੈਂਡ ਇਨਵਰਸ x ਇਕੁਅਲ ਟੂ ਕਿਹਦੇ ਇਕੁਅਲ ਹੁੰਦਾ ਕੋਸ ਇਨਵਰਸ 1/x ਦੇ ਇਕੁਅਲ ਹੁੰਦਾ ਹੈ, ਠੀਕ ਹੈ। ਆਪਾਂ ਇਹ ਚੀਜ਼ ਫਾਰਮੂਲਾ ਲਾਵਾਂਗੇ, ਸੋ ਸੀਕੈਂਡ ਇਨਵਰਸ ਸਾਡਾ 2 ਕਿਹਦੇ ਇਕੁਅਲ ਹੋ ਜਾਊਗਾ ਕੋਸ ਇਨਵਰਸ 1/2 ਦੇ ਇਕੁਅਲ, ਸੋ ਕੀ ਆ ਜਾਊਗਾ ਕੋਸ ਇਨਵਰਸ 1/2 ਪਲੱਸ ਕੋਸ ਇਨਵਰਸ 1/2 ਪਲੱਸ ਸਾਈਨ ਇਨਵਰਸ 1/2, ਇਹਦੇ ਚੀਜ਼ ਦੇ ਇਕੁਅਲ ਆ ਗਿਆ, ਠੀਕ ਹੈ। ਹੁਣ ਦੇਖੋ ਸਾਡੇ ਕੋਲ ਸਿੰਪਲ ਆ ਪਤਾ ਹੈ ਕਿ ਸਾਈਨ ਇਨਵਰਸ ਐਕਸ ਪਲੱਸ ਕੋਸ ਇਨਵਰਸ ਐਕਸ ਕਿਹਦੇ ਇਕੁਅਲ ਹੁੰਦਾ π/2 ਦੇ ਇਕੁਅਲ ਹੁੰਦਾ, ਠੀਕ ਹੈ। ਇਹ ਸਾਡੇ ਆਂਸਰ ਪੂਰਾ ਆ ਗਿਆ ਤਾਂ π/2 ਆ ਗਿਆ। ਉੱਤੇ ਦੂਜੀ ਗੱਲ ਕੋਸ ਇਨਵਰਸ 1/2 ਨੂੰ ਇਦਾਂ ਵੀ ਲਿਖ ਸਕਦੇ ਆਪਾਂ ਕੋਸ ਇਨਵਰਸ ਕੋਸ 60 ਡਿਗਰੀ, ਹਨਾ, ਦੈਟ ਇਜ਼ π/3, ਆਪਾਂ ਇਦਾਂ ਲਿਖ ਸਕਦੇ। ਹੁਣ ਕੋਸ ਇਨਵਰਸ ਕੋਸ ਕੱਟ ਹੋ ਕੇ ਕੀ ਆ ਜਾਊਗਾ ਸਾਡੇ ਕੋਲ π/3 ਆਊਗਾ ਇੱਥੇ। ਸੋ ਇਧਰ ਮੈਂ ਸਾਡੇ ਕੋਲ ਇਹਦਾ ਆਨਸਰ ਆ ਗਿਆ π/3, ਡਾਇਰੈਕਟ ਸਾਡਾ ਆਨਸਰ ਜਿਹੜਾ ਆ ਜਾਊਗਾ ਉਹ ਕੀ ਆਊਗਾ π/3 ਪਲੱਸ π/2, ਸੋ ਜੋ ਕਿ ਆ ਗਿਆ ਸਾਡੇ ਕੋਲ ਐਲਸੀਐਮ ਲਓ 6 ਆ ਗਿਆ, ਸੋ 5π/6। ਸੋ ਆਪਾਂ ਆਪਸ਼ਨ ਦੇਖ ਲੈਂਦੇ ਕਿਹੜੀ ਮੈਚ ਹੁੰਦੀ, ਸਾਡੇ ਕੋਲ ਆਪਸ਼ਨ B ਸਾਫ਼ ਸਾਫ਼ ਦਿਖਣ ਦੀ ਹੈ 5π/6, ਇਹ ਸਾਡਾ ਆਨਸਰ ਹੋ ਗਿਆ। ਥੈਂਕ ਯੂ।